ਹੈਲੋ ਦੋਸਤੋ, ਅੱਜ ਮੈਂ ਤੁਹਾਨੂੰ ਇਸ ਵੀਡੀਓ ਰਾਹੀਂ ਔਰਤ ਅਤੇ ਮਰਦ ਨਾਲ ਜੁੜੀਆਂ ਕੁਝ ਸੱਚੀਆਂ ਅਤੇ ਕੌੜੀਆਂ ਗੱਲਾਂ ਦੱਸਣ ਜਾ ਰਹੀ ਹਾਂ। ਸਮਾਂ ਕੱਢ ਕੇ ਜ਼ਰੂਰ ਸੁਣਨਾ। ਨੰਬਰ 1, ਕਿਸਮਤ ਅਤੇ ਦਿਲ ਦੀ ਆਪਸ 'ਚ ਕਦੇ ਨਹੀਂ ਬਣਦੀ। ਜੋ ਦਿਲ 'ਚ ਹੁੰਦੇ ਹਨ ਉਹ ਕਿਸਮਤ 'ਚ ਨਹੀਂ ਹੁੰਦੇ। ਨੰਬਰ 2, ਯਕੀਨ ਮੰਨੋ, ਮੈਰਿਡ ਲਾਈਫ ਬੜੀ ਹਸੀਨ ਅਤੇ ਖੁਸ਼ਨੁਮਾ ਹੁੰਦੀ ਹੈ, ਬਸ ਸ਼ੁਰੂ ਦੇ 30-40 ਸਾਲ ਪਰੇਸ਼ਾਨੀ ਹੁੰਦੀ ਹੈ। ਨੰਬਰ 3, ਤੁਸੀਂ ਆਪ ਆਪਣੀ ਕਿਸਮਤ ਦੇ ਨਿਰਮਾਤਾ ਹੋ, ਕਿਸੇ ਨੂੰ ਦੋਸ਼ ਨਾ ਦਿਓ। ਨੰਬਰ 4, ਰਿਸ਼ਤਾ ਚਾਹੇ ਕਿੰਨਾ ਵੀ ਬੁਰਾ ਕਿਉਂ ਨਾ ਹੋਵੇ, ਕਦੇ ਖਤਮ ਨਾ ਕਰੋ। ਜੇਕਰ ਗੰਦਾ ਪਾਣੀ ਪੀ ਨਹੀਂ ਸਕਦੇ, ਪਰ ਉਸ ਨਾਲ ਅੱਗ ਤਾਂ ਬੁਝਾ ਸਕਦੇ ਹਾਂ। ਨੰਬਰ 5, ਕਿਸੇ ਨਾਲ ਲਗਾਵ ਉਸਦੇ ਵਿਵਹਾਰ ਕਰਕੇ ਹੁੰਦਾ ਹੈ, ਨਾ ਕਿ ਉਸਦੇ ਚਿਹਰੇ ਕਰਕੇ। ਨੰਬਰ 6, ਰੋਂਦੇ ਉਹੀ ਹਨ ਜੋ ਸੱਚੀ ਭਾਵਨਾ ਰੱਖਦੇ ਹਨ, ਨਹੀਂ ਤਾਂ ਮਤਲਬੀ ਲੋਕਾਂ ਦੀ ਅੱਖ ਵਿੱਚ ਨਾ ਤਾਂ ਹੰਝੂ ਹੁੰਦੇ ਹਨ, ਨਾ ਹੀ ਸ਼ਰਮ। ਨੰਬਰ 7, ਉਹ ਮੁੰਡਾ ਕਿਸਮਤ ਵਾਲਾ ਹੁੰਦਾ ਹੈ ਜੋ ਕਿਸੇ ਕੁੜੀ ਦਾ ਪਹਿਲਾ ਪਿਆਰ ਹੁੰਦਾ ਹੈ, ਅਤੇ ਉਹ ਕੁੜੀ ਕਿਸਮਤ ਵਾਲੀ ਹੁੰਦੀ ਹੈ ਜੋ ਕਿਸੇ ਮੁੰਡੇ ਦਾ ਆਖਰੀ ਪਿਆਰ ਹੋਵੇ। ਨੰਬਰ 8, ਜਿਸਦੀ ਸੋਚ ਗੰਦੀ ਹੋਵੇ ਉਸਦਾ ਚਰਿੱਤਰ ਹਮੇਸ਼ਾ ਬਦਬੂ ਮਾਰਦਾ ਹੈ। ਨੰਬਰ 9, ਝੂਠ ਦੇ ਲੱਖਾਂ ਹੀ ਬਾਪ ਹੁੰਦੇ ਹਨ, ਪਰ ਸੱਚ ਕਿਸੇ ਤੋਂ ਵੀ ਨਹੀਂ ਡਰਦਾ। ਨੰਬਰ 10, ਸਮਾਜ ਦੇ ਕਮਜ਼ੋਰ ਮਰਦ ਹਮੇਸ਼ਾ ਔਰਤ ਦੇ ਚਰਿੱਤਰ 'ਤੇ ਵਾਰ ਕਰਦੇ ਹਨ। ਨੰਬਰ 11, ਜੇਕਰ ਆਵਾਜ਼ ਉੱਚੀ ਹੈ ਤਾਂ ਕੁਝ ਲੋਕ ਹੀ ਸੁਣਨਗੇ, ਲੇਕਿਨ ਜੇ ਗੱਲ ਉੱਚੀ ਹੈ ਤਾਂ ਬਹੁਤ ਲੋਕ ਸੁਣਨਗੇ। ਨੰਬਰ 12, ਤੁਹਾਡੇ ਕਦਮ ਤੁਹਾਨੂੰ ਮੰਦਰ ਤੱਕ ਲੈ ਕੇ ਜਾਂਦੇ ਹਨ, ਪਰ ਤੁਹਾਡਾ ਚਰਿੱਤਰ ਤੁਹਾਨੂੰ ਭਗਵਾਨ ਤੱਕ। ਨੰਬਰ 13, ਸੱਚਾ ਦੋਸਤ ਉਹ ਹੁੰਦਾ ਹੈ ਜੋ ਆਪਣੇ ਹਾਰੇ ਹੋਏ ਦੋਸਤ ਨੂੰ ਜਿਤਾਉਣ ਲਈ ਆਪਣੀ ਪਿਆਰੀ ਤੋਂ ਪਿਆਰੀ ਚੀਜ਼ ਕੁਰਬਾਨ ਕਰ ਦੇਵੇ। ਨੰਬਰ 14, ਦਰਦ ਦੇਣ ਤੋਂ ਬਾਅਦ ਪ੍ਰਗਟਾਈ ਗਈ ਹਮਦਰਦੀ ਅਤੇ ਮੁਹੱਬਤ ਦਾ ਕੋਈ ਮਤਲਬ ਨਹੀਂ ਹੁੰਦਾ। ਨੰਬਰ 15, ਡਿੱਗਦੇ ਹੋਏ ਪੱਤੇ ਨੇ ਕਿਹਾ, ਜੇਕਰ ਤੁਸੀਂ ਆਪਣੇ ਆਪ ਨੂੰ ਬੋਝ ਸਮਝੋਗੇ ਤਾਂ ਤੁਹਾਡੇ ਆਪਣੇ ਹੀ ਤੁਹਾਨੂੰ ਸੁੱਟਣਗੇ। ਨੰਬਰ 16, ਹਮੇਸ਼ਾ ਹਿੰਮਤ ਰੱਖੋ ਦੋਸਤ, ਤਾਨੇ ਤਾਂ ਰੱਬ ਨੂੰ ਵੀ ਮਿਲਦੇ ਹਨ, ਤੁਸੀਂ ਤਾਂ ਫਿਰ ਵੀ ਇਨਸਾਨ ਹੋ। ਨੰਬਰ 17, ਜੇਕਰ ਮਨ ਨੂੰ ਸ਼ਾਂਤ ਰੱਖਣਾ ਹੈ ਤਾਂ ਕੁਝ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰੋ। ਨੰਬਰ 18, ਇਨਸਾਨ ਦਾ ਅਸਲੀ ਰੂਪ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਉਹ ਨਸ਼ੇ ਵਿੱਚ ਹੋਵੇ, ਇਹ ਨਸ਼ਾ ਚਾਹੇ ਪੈਸੇ ਦਾ ਹੋਵੇ ਜਾਂ ਫਿਰ ਰੂਪ ਦਾ। ਨੰਬਰ 19, ਜ਼ਿੰਦਗੀ ਵਿੱਚ ਕੋਸ਼ਿਸ਼ ਜ਼ਰੂਰ ਕਰੋ, ਟੀਚਾ ਨਾ ਸਹੀ ਤਜਰਬਾ ਤਾਂ ਮਿਲੇਗਾ, ਦੋਵੇਂ ਹੀ ਬਹੁਤ ਕੀਮਤੀ ਹਨ। ਨੰਬਰ 20, ਜੋ ਸੱਚ ਦੇ ਰਾਹ 'ਤੇ ਚੱਲਦੇ ਹਨ ਉਹਨਾਂ ਦਾ ਰੱਥ ਅਜੇ ਵੀ ਸ਼੍ਰੀ ਕ੍ਰਿਸ਼ਨ ਸੰਭਾਲਦੇ ਹਨ। ਨੰਬਰ 21, ਔਰਤ ਨੂੰ ਆਪਣਾ ਬਣਾਉਣ ਤੋਂ ਬਾਅਦ ਆਦਮੀ ਦਾ ਦਿਲ ਭਰਨਾ ਸ਼ੁਰੂ ਹੋ ਜਾਂਦਾ ਹੈ, ਅਤੇ ਔਰਤ ਆਦਮੀ ਨੂੰ ਆਪਣਾ ਬਣਾਉਣ ਤੋਂ ਬਾਅਦ ਹੋਰ ਵੀ ਪਿਆਰ ਕਰਨ ਲੱਗ ਜਾਂਦੀ ਹੈ। ਨੰਬਰ 22, ਜ਼ਿਆਦਾਤਰ ਮਰਦਾਂ ਦੀ ਕੋਈ ਖਾਸ ਪਸੰਦੀਦਾ ਔਰਤ ਨਹੀਂ ਹੁੰਦੀ, ਇਹਨਾਂ ਨੂੰ ਹਰ ਦੂਜੀ ਸੋਹਣੀ ਔਰਤ ਪਸੰਦ ਆ ਜਾਂਦੀ ਹੈ। ਨੰਬਰ 23, ਗੀਤਾ ਵਿੱਚ ਲਿਖਿਆ ਹੈ, ਜਿਸਨੇ ਸਾਥ ਦਿੱਤਾ ਉਸਦਾ ਸਾਥ ਦਿਓ, ਜਿਸਨੇ ਤਿਆਗ ਦਿੱਤਾ ਉਸਨੂੰ ਤਿਆਗ ਦਿਓ। ਨੰਬਰ 24, ਜੋ ਤੁਹਾਡੀ ਗੱਲ ਦਾ ਗਲਤ ਮਤਲਬ ਕੱਢੇ ਉਸਨੂੰ ਸਫਾਈ ਦੇ ਕੇ ਆਪਣਾ ਸਮਾਂ ਬਰਬਾਦ ਨਾ ਕਰੋ। ਨੰਬਰ 25, ਵਿਆਹ ਤੋਂ ਪਹਿਲਾਂ ਜੇ ਕੋਈ ਆਦਮੀ ਸਫਲ ਹੈ ਤਾਂ ਆਦਮੀ ਦੀ ਸਫਲਤਾ ਸਿਰਫ ਉਸਦੀ ਮਿਹਨਤ, ਲਗਨ, ਉਸਦੇ ਮਾਂ ਪਿਓ ਦੇ ਸਬਰ ਅਤੇ ਕੁਰਬਾਨੀਆਂ ਕਾਰਨ ਹੁੰਦੀ ਹੈ, ਫਿਰ ਕੋਈ ਔਰਤ ਉਸਨੂੰ ਆਪਣਾ ਪਤੀ ਬਣਾ ਕੇ ਸਾਰਾ ਕ੍ਰੈਡਿਟ ਲੈ ਜਾਂਦੀ ਹੈ। ਨੰਬਰ 26, ਮਰਦ ਇੱਕ ਔਰਤ ਦੇ ਜਾਲ ਵਿੱਚ ਫਸ ਕੇ ਆਪਣੇ ਬੁੱਢੇ ਮਾਂ ਬਾਪ ਨੂੰ ਬਿਰਧ ਆਸ਼ਰਮ ਛੱਡ ਆਉਂਦਾ ਹੈ, ਜੋ ਕਦੇ ਉਸ ਲਈ ਜਾਣ ਤੋਂ ਪਿਆਰੇ ਹੁੰਦੇ ਸੀ। ਨੰਬਰ 27, ਮਰਦ ਇੱਕ ਔਰਤ ਲਈ ਆਪਣੀਆਂ ਸਾਰੀਆਂ ਹਸਰਤਾਂ ਮਾਰ ਦਿੰਦਾ ਹੈ, ਅਤੇ ਔਰਤ ਆਪਣੀਆਂ ਹਸਰਤਾਂ ਲਈ ਮਰਦ ਨੂੰ ਮਾਰ ਦਿੰਦੀ ਹੈ।
ਕੌੜਾ ਹੈ ਪਰ ਸੱਚ ਹੈ। ਸਮਾਜ ਵਿੱਚ ਇਹ ਅਕਸਰ ਹੀ ਸੁਣਨ ਨੂੰ ਮਿਲਦਾ ਹੈ ਕਿ ਔਰਤ ਨੇ ਆਪਣੇ ਕਰੀਅਰ ਲਈ ਜਾਂ ਫਿਰ ਆਪਣੇ ਆਸ਼ਿਕ ਲਈ ਜਾਂ ਫਿਰ ਬਾਹਰ ਜਾਣ ਲਈ ਆਪਣੇ ਸ਼ੌਕ ਪੂਰੇ ਕਰਨ ਲਈ ਆਪਣੇ ਪਤੀ ਨੂੰ ਛੱਡਿਆ। ਨੰਬਰ 28, ਮਰਿਆਦਾ ਰੱਖਣਾ ਬਹੁਤ ਜ਼ਰੂਰੀ ਹੈ। ਪੈਸੇ ਦੀ ਕਮੀ ਹੋਵੇ ਤਾਂ ਖਰਚਾ ਘੱਟ ਕਰਨ 'ਚ, ਗਿਆਨ ਦੀ ਕਮੀ ਹੋਵੇ ਤਾਂ ਚਰਚਾ ਨਾ ਕਰਨ ਵਿੱਚ। ਨੰਬਰ 29, ਔਰਤ ਦੀ ਲੰਮੀ ਜ਼ੁਬਾਨ ਦੀ ਸ਼ਿਕਾਇਤ ਤਾਂ ਹਰ ਕੋਈ ਕਰਦਾ ਹੈ, ਪਰ ਗੂੰਗੀ ਕੁੜੀ ਨਾਲ ਵਿਆਹ ਕਰਾਉਣ ਲਈ ਕੋਈ ਵੀ ਤਿਆਰ ਨਹੀਂ ਹੁੰਦਾ। ਨੰਬਰ 30, ਦੋ ਤਰ੍ਹਾਂ ਦੇ ਲੋਕ ਜਿਉਣ ਦਾ ਮਜ਼ਾ ਕਿਰਕਿਰਾ ਕਰ ਦਿੰਦੇ ਹਨ, ਇੱਕ ਤਾਂ ਕੰਨ ਭਰਨ ਵਾਲੇ, ਦੂਜਾ ਕੰਨਾਂ ਦੇ ਕੱਚੇ। ਨੰਬਰ 31, ਦਿਲ ਨੂੰ ਲਗਾਉਣ ਤੋਂ ਚੰਗਾ ਹੈ ਪੌਦੇ ਲਗਾਓ, ਕਿਉਂਕਿ ਉਹ ਜ਼ਖਮ ਨਹੀਂ ਦੇਣਗੇ ਬਲਕਿ ਛਾਂ ਦੇਣਗੇ। ਨੰਬਰ 32, ਕੋਈ ਵੀ ਇਨਸਾਨ ਤੁਹਾਡੇ ਕੋਲ ਤਿੰਨ ਕਾਰਨਾਂ ਕਰਕੇ ਆਉਂਦਾ ਹੈ, ਭਾਵ ਨਾਲ, ਅਭਾਵ ਨਾਲ ਅਤੇ ਪ੍ਰਭਾਵ ਨਾਲ। ਜੇਕਰ ਭਾਵ ਨਾਲ ਆਇਆ ਹੈ ਤਾਂ ਪਿਆਰ ਦਿਓ, ਜੇਕਰ ਅਭਾਵ ਨਾਲ ਆਇਆ ਹੈ ਤਾਂ ਮਦਦ ਕਰੋ, ਪਰ ਜੇਕਰ ਪ੍ਰਭਾਵ ਨਾਲ ਆਇਆ ਹੈ ਤਾਂ ਖੁਸ਼ ਹੋ ਜਾਓ ਕਿ ਰੱਬ ਨੇ ਤੁਹਾਨੂੰ ਇੰਨੇ ਯੋਗ ਬਣਾਇਆ ਹੈ। ਨੰਬਰ 33, ਮਰਦ ਹਰ ਜੰਗ ਜਿੱਤ ਲੈਂਦਾ ਹੈ ਜੇ ਉਸਨੂੰ ਇੱਕ ਵਫ਼ਾਦਾਰ ਔਰਤ ਹੋਵੇ। ਨੰਬਰ 34, ਜ਼ਿੰਦਗੀ ਵੀ ਇੱਕ ਖੇਡ ਹੈ, ਬਚਪਨ ਵਿੱਚ ਕਾਂ ਉੱਡ, ਤੋਤਾ ਉੱਡ, ਜਵਾਨੀ ਵਿੱਚ ਨੀਂਦ ਉੱਡ, ਚੈਨ ਉੱਡ ਅਤੇ ਬੁਢਾਪੇ ਵਿੱਚ ਦੰਦ ਉੱਡ, ਵਾਲ ਉੱਡ। ਨੰਬਰ 35, ਇੱਕ ਔਰਤ ਦੇ ਨਾਲ ਡਿਲੀਵਰੀ ਰੂਮ ਦੇ ਵਿੱਚ ਹਮੇਸ਼ਾ ਉਸਦੇ ਪਤੀ ਨੂੰ ਮੌਜੂਦ ਹੋਣਾ ਚਾਹੀਦਾ ਹੈ ਤਾਂ ਜੋ ਉਸਦੀ ਚੀਕ ਪੁਕਾਰ ਸੁਣ ਸਕੇ ਅਤੇ ਜ਼ਿੰਦਗੀ ਵਿੱਚ ਆਪਣੀ ਪਤਨੀ ਨੂੰ ਕਦੇ ਨਾ ਇਹ ਕਹਿ ਸਕੇ ਕਿ ਤੂੰ ਮੇਰੇ ਪਰਿਵਾਰ ਲਈ ਕੀਤਾ ਕੀ ਹੈ। ਨੰਬਰ 36, ਜਦੋਂ ਦੀਵਾਰਾਂ ਵਿੱਚ ਦਰਾਰ ਪੈਂਦੀ ਹੈ ਤਾਂ ਦੀਵਾਰ ਡਿੱਗ ਪੈਂਦੀ ਹੈ, ਅਤੇ ਜਦੋਂ ਰਿਸ਼ਤਿਆਂ ਵਿੱਚ ਦਰਾਰ ਪੈਂਦੀ ਹੈ ਤਾਂ ਦੀਵਾਰ ਖੜ੍ਹੀ ਹੋ ਜਾਂਦੀ ਹੈ। ਨੰਬਰ 37, ਵਿਸਵਾ ਪੈਦਾ ਨਹੀਂ ਹੁੰਦੀ ਸਗੋਂ ਬਣਾਈ ਜਾਂਦੀ ਹੈ। ਨੰਬਰ 38, ਰਿਪੋਰਟਾਂ ਦੱਸਦੀਆਂ ਹਨ ਕਿ ਔਰਤਾਂ ਲਈ ਬਣਾਏ ਕਾਨੂੰਨ ਸਹੀ ਕੰਮ ਲਈ ਘੱਟ ਅਤੇ ਝੂਠੇ ਮੁਕੱਦਮਿਆਂ ਲਈ ਜ਼ਿਆਦਾ ਵਰਤੇ ਗਏ ਹਨ। ਨੰਬਰ 39, ਇਹ ਹੰਕਾਰ ਕਦੇ ਨਹੀਂ ਕਰਨਾ ਚਾਹੀਦਾ ਕਿ ਮੈਨੂੰ ਕਿਸੇ ਦੀ ਜ਼ਰੂਰਤ ਨਹੀਂ ਪੈ ਸਕਦੀ, ਕੋਈ ਪਤਾ ਨਹੀਂ ਕਦੋਂ ਕਿਸੇ ਭਿਖਾਰੀ ਦੀ ਵੀ ਲੋੜ ਪੈ ਜਾਵੇ। ਨੰਬਰ 40, ਇੱਕ ਔਰਤ ਕਦੇ ਵੀ ਦੁਖੀ ਨਹੀਂ ਹੁੰਦੀ, ਉਹ ਦੁਖੀ ਉਦੋਂ ਹੁੰਦੀ ਹੈ ਜਦੋਂ ਗਲਤੀ ਨਾ ਹੋਣ ਦੇ ਬਾਵਜੂਦ ਵੀ ਉਸਨੂੰ ਗਲਤ ਠਹਿਰਾ ਦਿੱਤਾ ਜਾਂਦਾ ਹੈ। ਨੰਬਰ 41, ਜੇਕਰ ਰਿਸ਼ਤੇ ਥੋੜ੍ਹੇ ਸਮੇਂ ਲਈ ਰੱਖਣੇ ਹਨ ਤਾਂ ਮਿੱਠੇ ਬਣ ਜਾਓ, ਅਤੇ ਜੇਕਰ ਲੰਮੇ ਸਮੇਂ ਲਈ ਰੱਖਣੇ ਹਨ ਤਾਂ ਮਿੱਠੇ ਅਤੇ ਸਪੱਸ਼ਟ ਬਣ ਜਾਓ। ਨੰਬਰ 42, ਔਰਤਾਂ ਜ਼ਿਆਦਾਤਰ ਪ੍ਰੋਬਲਮ ਆਪਣੇ ਦਿਮਾਗ ਵਿੱਚ ਆਪ ਹੀ ਕ੍ਰੀਏਟ ਕਰ ਲੈਂਦੀਆਂ ਹਨ ਜੋ ਕਿ ਅਸਲ ਵਿੱਚ ਕਦੇ ਹੁੰਦੀ ਹੀ ਨਹੀਂ। ਇਹ ਜ਼ਿਆਦਾਤਰ ਇਮੋਸ਼ਨ ਕੰਟਰੋਲ ਵਿੱਚ ਨਾ ਹੋਣ ਕਰਕੇ ਅਤੇ ਓਵਰ ਥਿੰਕਿੰਗ ਕਾਰਨ ਹੁੰਦਾ ਹੈ। ਨੰਬਰ 43, ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਜੋ ਲੋਕ ਤੁਹਾਡੀ ਬੁਰਾਈ ਕਰਦੇ ਹਨ ਉਹ ਤੁਹਾਨੂੰ ਕਦੇ ਚੰਗਾ ਨਹੀਂ ਕਹਿ ਸਕਦੇ, ਇਸ ਲਈ ਆਪਣਾ ਕੰਮ ਕਰਦੇ ਰਹੋ ਬਿਨਾਂ ਕਿਸੇ ਨਿੰਦਾ ਦੀ ਫਿਕਰ ਕੀਤੇ। ਨੰਬਰ 44, ਇੱਕ ਚੰਗੇ ਇਨਸਾਨ ਨਾਲ ਧੋਖਾ ਕਰਨਾ ਹੀਰਾ ਸੁੱਟ ਕੇ ਪੱਥਰ ਨੂੰ ਚੁੱਕਣਾ ਹੈ। ਨੰਬਰ 45, ਭਰੋਸਾ ਉਸ 'ਤੇ ਹੀ ਕਰਨਾ ਜੋ ਉਸਦੇ ਲਾਇਕ ਹੋਵੇ, ਕਿਉਂਕਿ ਕੁਝ ਸਮੇਂ ਦਾ ਸਾਥ ਤਾਂ ਅਰਥੀ ਚੁੱਕਣ ਵਾਲੇ ਵੀ ਦੇ ਦਿੰਦੇ ਹਨ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਨਾ, ਅਤੇ ਚੈਨਲ 'ਤੇ ਪਹਿਲੀ ਵਾਰ ਆਏ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ।